ਅਸੀਂ ਇਸ ਵਕਤ ਖੜੇ ਹਾਂ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇੱਥੇ ਜਿਹੜਾ ਹੈਗਾ ਪ੍ਰਸ਼ਾਸਨ ਦੇ ਵੱਲੋਂ ਸਾਫ ਸਫਾਈ ਦੇ ਲਈ ਜਿਹੜਾ ਪ੍ਰਬੰਧ ਕੀਤੇ ਗਏ ਸੀਗੇ, ਉੱਥੇ ਹੀ ਇੱਕ ਪ੍ਰਸ਼ਾਸਨ ਦੇ ਵੱਲੋਂ ਇੱਕ ਖਾਸ ਤੌਰ ਤੇ ਜਿਹੜੀ ਮਸ਼ੀਨ ਲਗਾਈ ਗਈ ਆ, ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਪਲਾਸਟਿਕ ਦੀ ਬੋਤਲ ਪਾਉਂਗੇ ਤਾਂ ਉਹਦੇ ਵਿੱਚ ਜਿਹੜਾ ਹੈਗਾ 5 ਰੁਪਏ ਤੁਹਾਨੂੰ ਮਿਲਣਗੇ। ਇੱਥੇ ਸਾਡੇ ਨਾਲ ਇੱਥੇ ਮਸ਼ੀਨ ਦੇ ਨਾਲ ਜਿਹੜੇ ਅਧਿਕਾਰੀ ਨੇ ਉਹ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਜੀ ਜਿਹੜੀ ਇਹ ਕੀ ਨਾਮ ਹੈ ਤੁਹਾਡਾ ਜੀ? ਪਵਨ ਕੁਮਾਰ। ਭਾਜੀ ਜਿਹੜਾ ਇਹ ਮਸ਼ੀਨ ਹੈ, ਇਹ ਕਿਹਾ ਜਾਂਦਾ ਕਿ ਜੇਕਰ ਇਹਦੇ ਵਿੱਚ ਪਲਾਸਟਿਕ ਦੀ ਬੋਤਲ ਪਾਵਾਂਗੇ ਤਾਂ ਜਿਹੜਾ ਹੈਗਾ ਇਹਦੇ ਵਿੱਚ ਪਲਾਸਟਿਕ ਦੀ ਬੋਤਲ ਪਾਉਣ 'ਤੇ ਪੈਸੇ ਮਿਲਣਗੇ, ਤਾਂ ਕਿਵੇਂ ਚੱਲਦੀ ਹੈ, ਕੀ ਪ੍ਰੋਸੈਸ ਹੈ ਮਸ਼ੀਨ ਦਾ? ਸਰ ਜੋ ਸਾਡੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮਸ਼ੀਨ ਲਾਈ ਗਈ ਹੈ, ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਪੈਸ਼ਲ ਵਾਈਅਰ ਸਪਾਈ ਸਪੂਈ ਐਰਬ ਰਹਿਣ ਵਾਸਤੇ ਉਹ ਸਿਰਫ ਇੱਥੋਂ ਬੋਤਲ ਪਾਉਣ ਦੇ ਨਾਲ ਥੱਲੇ ਜਾ ਕੇ ਕਚਰਾ ਬਣ ਜਾਂਦਾ ਬੋਤਲ ਨਾਲ। ਹਾਂਜੀ ਹਾਂਜੀ। ਅਤੇ ਜਿਹੜਾ ਨੰਬਰ ਦਿੱਤਾ ਹੋਇਆ ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਆਪਣਾ ਮੋਬਾਈਲ ਨੰਬਰ ਐਡ ਕਰਕੇ ਜੋ ਪੀਟੀਐਮ ਵਾਲਿਆਂ ਨੇ ਆਪਣੇ ਸਪੈਸ਼ਲ ਤੌਰ 'ਤੇ ਕਿਹਾ ਇਨਾਮ ਦੇਵਾਂਗੇ, ਸ਼ਾਇਦ ਉਹਦਾ ਆਪਾਂ ਨੂੰ ਇੰਨੀ ਨੌਲੇਜ ਨਹੀਂ, ਦਊਗੇ ਜਾਂ ਨਾ ਦਊਗੇ, ਸ਼ਾਇਦ ਜ਼ਰੂਰ ਦਊਗੇ। ਮੈਂ ਵੀ ਕੱਲ੍ਹ ਕੀਤਾ ਤਾਂ ਮੈਨੂੰ ਹਾਲੇ ਤੱਕ ਪੈਸਾ ਨਹੀਂ ਵੀ ਆਇਆ। ਹਾਂਜੀ। ਜਿਹੜੀ ਆਹ ਸਕਰੀਨ ਚੱਲ ਰਹੀ ਹੈ ਇਹ ਕਿਸ ਕਿਵੇਂ ਚੱਲ ਰਹੀ ਹੈ, ਕੀ ਦਿਖਾ ਰਹੀ ਹੈ? ਇਹ ਸਾਰਾ ਕੁਝ ਦਿਖਾ ਰਹੀ ਹੈ, ਕੈਸੇ ਕੈਸੇ ਇਹ ਕਿੱਦਾਂ ਕਿੱਦਾਂ ਕਰਨਾ ਇਹਨਾਂ ਨੇ, ਕਿੱਦਾਂ ਮਸ਼ੀਨ ਚੱਲਦੀ ਆ, ਕਿੱਦਾਂ ਬੋਤਲ ਦਾ ਕਚਰਾ ਹੋ ਰਿਹਾ, ਜਿੱਦਾਂ ਸਟਾਰਟਿੰਗ ਤੋਂ ਬੋਤਲ ਜਿੱਥੇ ਪਾਉਣੀ ਚਾਹੀਦੀ ਆ ਉੱਥੋਂ ਬੋਤਲ ਪਾਓ, ਆਪਣੇ ਆਪ ਕਚਰਾ ਬਣ ਕੇ ਥੱਲੇ ਚੱਲ ਜਾਂਦਾ ਜੀ। ਉਹ ਜਿਹੜੀਆਂ ਪਹਿਲਾਂ ਜਿਹੜੀਆਂ ਬੋਤਲਾਂ ਪਾਈਆਂ ਹੋਈਆਂ ਉਹਦਾ ਕਚਰਾ ਬਣਿਆ ਹੋਇਆ ਹੈਗਾ? ਹਾਂਜੀ ਹਾਂਜੀ। ਸਾਰੇ ਅਤੇ ਜਿਹੜਾ ਕਿਹਾ ਜਾਂਦਾ ਕਿ ਪੈਸੇ ਮਿਲਦੇ ਆ ਉਹ ਇੱਥੇ ਜਿਹੜਾ ਆਪਾਂ ਨੰਬਰ ਡਾਇਲ ਕਰਦੇ ਹਾਂ ਉਸ ਤੋਂ ਬਾਅਦ ਪੇਟੀਐਮ ਦੇ ਜ਼ਰੀਏ ਆਪਣੇ ਅਕਾਊਂਟ 'ਚ ਪੈਸੇ ਆ ਜਾਂਦੇ ਆ? ਪੇਟੀਐਮ ਜ਼ਰੀਏ। ਹਾਂਜੀ। ਤਾਂ ਦੇਖਿਆ ਤੁਸੀਂ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਹੈਗਾ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਸਾਫ ਸਫਾਈ ਦਾ ਜਿਹੜਾ ਹੈਗਾ ਖਾਸ ਤੌਰ 'ਤੇ ਧਿਆਨ ਰੱਖਿਆ ਗਿਆ। ਸਾਫ ਤੌਰ 'ਤੇ ਕਿਹਾ ਜਾਂਦਾ ਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਜਿਹੜੀ ਹੈਗੀ ਆ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਦਰਕਨਾਰੀ ਨਹੀਂ ਕੀਤੀ ਜਾ ਰਹੀ ਸਫਾਈ ਨੂੰ ਲੈ ਕੇ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਬਹੁਤ ਖਾਸ ਮੰਨਿਆ ਜਾਂਦਾ। ਅਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਖਾਸ ਤੌਰ 'ਤੇ ਇਹ ਮਸ਼ੀਨ ਲਗਾਈ ਗਈ ਹੈ ਤਾਂ ਜੋ ਜਿਹੜੀਆਂ ਬੋਤਲਾਂ ਜਿਹੜੀਆਂ ਪਲਾਸਟਿਕ ਦੇ ਜਿਹੜੇ ਹੈਗੀਆਂ ਚੀਜ਼ਾਂ ਉਹ ਆਮ ਲੋਕਾਂ ਦੇ ਵੱਲੋਂ ਵਰਤ ਕੇ ਸੁੱਟੀਆਂ ਨਾ ਜਾਣ। ਅਤੇ ਇਸ ਮਸ਼ੀਨ ਦੇ ਵਿੱਚ ਇੱਥੇ ਬੋਤਲ ਪਾ ਕੇ ਜਿਹੜੀ ਹੈਗੀ ਆ ਉਹ ਹੁਣ ਆਪਾਂ ਨੰਬਰ ਡਾਇਲ ਕਰਾਂਗੇ, ਸਭ ਤੋਂ ਪਹਿਲਾਂ ਇੱਥੇ ਬੋਤਲ ਪਾਈ ਜਾਊਗੀ, ਫਿਰ ਨੰਬਰ ਡਾਇਲ ਕਰਾਂਗੇ, ਉਸ ਤੋਂ ਬਾਅਦ ਜਿਹੜੀ ਮਸ਼ੀਨ ਹੈਗੀ ਆ ਕਚਰਾ ਕਰ ਦੇਵੇਗੀ ਪਲਾਸਟਿਕ ਦੀ ਬੋਤਲ ਦਾ। ਅਤੇ ਜਿਹੜਾ ਨੰਬਰ ਡਾਇਲ ਕਰਾਂਗੇ ਜਿਹੜਾ ਮੋਬਾਈਲ ਨੰਬਰ ਜਿਹੜਾ ਹੈਗਾ ਸਾਡਾ ਪੇਟੀਐਮ ਦੇ ਨਾਲ ਅਟੈਚ ਹੋਵੇਗਾ, ਉਹਦੇ ਜ਼ਰੀਏ ਜਿਹੜਾ ਹੈਗਾ ਸਾਡੇ ਖਾਤੇ ਦੇ ਵਿੱਚ ਪੈਸੇ ਆ ਜਾਣਗੇ। ਤਾਂ ਇਹ ਬਹੁਤ ਹੀ ਸ਼ਲਾਘਾਯੋਗ ਜਿਹੜਾ ਕਦਮ ਹੈਗਾ ਪ੍ਰਸ਼ਾਸਨ ਦਾ। ਕੈਮਰਾਮੈਨ ਗਗਨ ਭਾਰਤੀ ਨਾਲ ਸੁਖਵਿੰਦਰ ਸਿੰਘ ਸਿੱਧੂ, D5 ਚੈਨਲ ਪੰਜਾਬੀ, ਸੁਲਤਾਨਪੁਰ ਲੋਧੀ।